सो हे गाइस, ਕਿਵੇਂ ਹੋ? ਪੰਜਾਬੀ ਸੌਂਗ ਸੈਂਪਲਡ ਫਰੋਮ ਬਾਲੀਵੁੱਡ ਸੌਂਗਸ ਜਾਂ ਅੰਗਰੇਜ਼ੀ ਗਾਣੇ, ਇੰਗਲਿਸ਼ ਸੌਂਗਸ, ਠੀਕ ਹੈ ਜੀ? ਤੇ ਆਜੋ ਤੇ ਇਹਦੇ 'ਚ ਲੈਟਸ ਸਟਾਰਟ। ਤੁਸੀਂ ਹੁਣੇ ਗਾਣਾ ਸੁਣਿਆ, ਇਹ ਗੁਰਦਾਸ ਮਾਨ ਜੀ ਦਾ ਗਾਣਾ ਸੀਗਾ। ਇਹੋ ਟਾਈਮਾਂ ਦੀ ਗੱਲ ਹੈ ਜਦ ਗਾਣਾ ਕੰਪਿਊਟਰ 'ਤੇ ਨਹੀਂ ਬਣਦਾ ਸੀ, ਸਾਰੇ ਸਾਜ਼ ਲਾਈਵ ਨਾਲ ਵਜਾਉਣੇ ਪੈਂਦੇ ਸੀਗੇ। ਸਹੀ ਗੱਲ ਹੈ, ਇਹ ਇੱਕੋ ਵਾਰ 'ਚ ਪੂਰਾ ਗਾਣਾ ਰਿਕਾਰਡ ਹੁੰਦਾ ਸੀ। ਜੇ ਕੁਛ ਵੀ ਗਲਤ ਹੋ ਗਿਆ ਤਾਂ ਫਿਰ ਸ਼ੁਰੂ ਤੋਂ ਸ਼ੁਰੂ ਕਰਨਾ ਪੈਂਦਾ ਸੀ। ਤੁਸੀਂ ਸੋਚਦੇ ਹੋਵੋਗੇ ਵੀ ਇਹ ਸਿੱਕੇ ਦੀ ਆਵਾਜ਼ ਫਿਰ ਕਿਵੇਂ ਪਾਤੀ। ਜਿਹੜੇ ਗਾਣੇ ਦੇ ਮਿਊਜ਼ਿਕ ਪ੍ਰੋਡਿਊਸਰ ਚਰਨਜੀਤ ਹੂਜਾ ਜੀ, ਉਹਨਾਂ ਨੇ ਦੱਸਿਆ ਵੀ ਅਸੀਂ ਸਪੈਸ਼ਲ ਮਾਈਕ ਥੱਲੇ ਲਾਇਆ ਇੱਕ, ਜਦ ਗਾਣਾ ਚੱਲਦਾ ਸੀ ਨਾਲ ਦੀ ਨਾਲ ਫਿਰ ਸਿੱਕੇ ਉਵੇਂ ਸਿੜਦੇ ਸੀਗੇ ਉੱਥੇ ਬੀਟ ਤੇ। ਅੱਜ ਕੱਲ੍ਹ ਤਾਂ ਕੰਪਿਊਟਰ ਦੇਖ ਲਓ ਕਿੱਥੇ ਤੱਕ ਪਹੁੰਚ ਗਿਆ, ਜਿਹਦੀ ਮਰਜ਼ੀ ਤੁਸੀਂ ਆਵਾਜ਼ ਚੱਕ ਕੇ ਜੋ ਮਰਜ਼ੀ ਉਹ ਤੋਂ ਬੀਟਾਂ ਬਣਾਈ ਚੱਲੋ। ਇਹਨੂੰ ਇੱਕ ਤਰ੍ਹਾਂ ਦੀ ਸੈਂਪਲਿੰਗ ਕਹਿੰਦੇ ਆ। ਇਹ ਜੇ 10 ਪੰਜਾਬੀ ਗਾਣਿਆਂ ਦੀ ਗੱਲ ਕਰਾਂਗੇ ਜਿਨ੍ਹਾਂ 'ਚੋਂ ਕਿਤੇ ਬਾਹਰਲੇ ਗਾਣੇ 'ਚੋਂ ਕਿਤੇ ਬਾਲੀਵੁੱਡ ਦੇ ਗਾਣੇ 'ਚ ਟਿਊਨ ਚੱਕੀ ਹੋਈ ਹੈ। ਆਇਓ ਹੈ ਟਿਊਨ ਚੱਕੀ ਹੋਈ ਕਹਿ ਸਕਦੇ ਹਾਂ ਜਾਂ ਇੰਸਪਾਇਰਡ ਕਹਿ ਸਕਦੇ ਹਾਂ ਇਸ ਤਰੀਕੇ। ਓਕੇ ਮੈਂ ਸ਼ਿਕਾਰੀਓ, ਆਜੋ ਫਿਰ ਕਰੀਏ ਸ਼ੁਰੂ। ਹੋਈ ਪਹਿਲਾਂ ਆਉਂਦਾ ਵਰਿੰਦਰ ਬਰਾੜ ਦਾ ਵੋਇਸ ਗਾਣਾ, ਇੱਕ ਡੈਨੀ ਰੋਜ਼ ਨਾਮ ਦਾ ਪ੍ਰੋਡਿਊਸਰ ਆ ਯੂਟਿਊਬ ਤੇ, ਉਹਨੇ 50 Cent ਦੇ ਸਟਾਈਲ ਦੀ ਬੀਟ ਪਾਈ ਹੋਈ ਸੀਗੀ। ਫਿਰ ਉਹ ਬੀਟ 'ਚ ਜਿਹੜਾ ਗਿਟਾਰ ਵੱਜਿਆ ਹੋਇਆ ਸੀਗਾ ਉਹ ਜੋਸ਼ ਸੰਧੂ ਨੇ ਸੈਂਪਲ ਕਰਤਾ ਚਮਕੀਲੇ ਦੇ ਅਮਲੀ ਗਾਣੇ 'ਚ, ਜਿਹੜਾ ਬਹੁਤ ਚੱਲਿਆ, ਤੁਸੀਂ ਵੀ ਸੁਣਿਆ ਹੋਊਗਾ। ਉਹੀ ਕੰਪੋਜੀਸ਼ਨ ਤੇ ਬੀਟ ਵਰਿੰਦਰ ਬਰਾੜ ਨੂੰ ਵੀ ਪਸੰਦ ਆਈ ਹੋਊ, ਉਹੀ ਕੰਪੋ ਤੇ ਵਰਿੰਦਰ ਬਰਾੜ ਨੇ ਗਾਣਾ ਲਿਖਿਆ ਹੋਊਗਾ। ਤਾਂ ਫਿਰ ਉਹੀ ਗਿਟਾਰ ਸੈਂਪਲ ਨੂੰ ਅੱਗੇ ਥੋੜਾ ਜਿਹਾ ਤੋੜ ਮਰੋੜ ਕੇ ਨਵਾਂ ਸਟਾਈਲ ਜਿਹਾ ਬਣਾ ਕੇ ਉਹਦਾ ਥੋੜਾ ਜਿਹਾ ਵੋਇਸ ਗਾਣੇ 'ਚ ਸੈਂਪਲ ਕਰਤਾ। ਉਹੀ ਆ, ਥੋੜਾ ਬਹੁਤ ਕੁਛ ਅਲੱਗ 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 ਉਹਦੇ 'ਚ ਚੀਜ਼ਾਂ, ਉਹਦੇ 'ਚ ਫੀਚਰਸ, ਪਲੱਗਇਨਸ ਨਾਲ ਉਹਨੂੰ ਚੇਂਜ ਕਰਦੇ ਰਹੇ ਤੇ ਕਰਦੇ ਰਹੇ ਸਿੱਧੇ। ਤੋਂ ਬਾਅਦ ਆਉਂਦਾ ਸ਼ੁਭ ਦਾ ਬਾਲਰ ਗਾਣਾ। ਬਾਲਰ ਗਾਰਨ ਜੀ ਨੇ ਪ੍ਰੋਡਿਊਸ ਕੀਤਾ ਸੀ 21 ਨੇ, ਉਹਨੇ ਵੀ ਇਹੀ ਕਿਹਾ ਵੀ ਮੈਂ ਡਾਕਟਰ ਡਰੇ ਤੇ 50 Cent ਦੇ ਸਾਊਂਡ ਤੋਂ ਇੰਸਪਾਇਰ ਹੋ ਕੇ ਗਾਣਾ ਜਿਹਾ ਬਣਾਇਆ, ਮੈਂ ਓਲਡ ਸਕੂਲ ਬੀਟ ਜੀ ਚਾਹੁੰਦਾ ਸੀਗਾ। ਕਈ ਵਾਰ ਨਾ ਕੀ ਹੁੰਦਾ, ਕੋਈ ਗਾਣਾ ਜਿਹੜਾ ਬਹੁਤ ਫੇਮਸ ਹੋਇਆ ਹੁੰਦਾ ਜਾਂ ਪੁਰਾਣੇ ਗਾਣੇ ਹੁੰਦੇ, ਉਹ 'ਚ ਕੋਈ ਇਹੋ ਜਿਹਾ ਘੈਂਟ ਜਿਹਾ ਮਿਊਜ਼ਿਕ ਹੁੰਦਾ, ਉਹਦੇ ਨੋਟ ਜਿਹੜੇ ਹੁੰਦੇ ਆ ਵਜਾਏ ਹੋਏ ਹੁੰਦੇ ਪਿਆਨੋ ਤੇ, ਪ੍ਰੋਡਿਊਸਰ ਉਹਨੂੰ ਚੱਕ ਲੈਂਦਾ ਤੇ ਉਹਦੇ ਅੱਗੇ ਐਕਸਪੈਰੀਮੈਂਟ ਕਰਦਾ ਵੀ ਉਹ ਨੋਟ ਤੋਂ ਕੋਈ ਹੋਰ ਤਰ੍ਹਾਂ ਦੀ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦਾ। ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਉਣਾ ਹੁਣ, ਮੈਂ ਇੱਕ 50 Cent ਦਾ ਗਾਣਾ ਆ, ਪਹਿਲਾਂ ਮੈਂ ਇਹਦੀ ਟਿਊਨ ਵਜਾਊਂਗਾ ਤੇ ਫਿਰ ਮੈਂ ਉਹੀ ਟਿਊਨ ਤੇ ਕੋਈ ਉਹੀ ਹੱਥ ਜਿਹਾ ਮਾਰ ਦੂੰਗਾ, ਕੁਛ ਉਹ ਹੋਰ ਨਵਾਂ ਨਿਕਲੇ ਆਉਂਦਾ ਇੱਕ ਤਰ੍ਹਾਂ ਦਾ। ਫਿਰ ਉਹਦਾ ਤੇਗੀ ਪੰਨੂ ਦਾ ਸਕੈਜੂਲ ਮੈਲਡੀ ਜੀ ਵੱਜੀ ਹੋਈ ਸੀਗੀ ਤੇ ਉਹੀ ਮੈਲਡੀ ਨੂੰ ਚੱਕ ਕੇ ਅੱਗੇ ਸੈਂਪਲ ਕਰਕੇ ਆਪਣਾ ਕੁਛ ਬਣਾ ਲਿਆ। ਯਾਰ ਇੱਕ ਗੱਲ ਮੰਨਣ ਵਾਲੀ ਹੈ ਕਿ ਲਾਈਵ ਰੈਕਰਡਸ ਵਾਲਾ ਨਾ ਜਿਹੜਾ ਆਪਣਾ ਬਾਈ ਹੈ, ਇਹ ਪੈਰੀ ਆਈ ਥਿੰਕ ਬਾਈ ਦਾ ਨਾਮ ਮੈਂ ਭੁੱਲ ਗਿਆ ਅਤੇ ਮਾਫ਼ ਕਰਿਓ ਜੇ ਮੈਂ ਗਲਤ ਬੋਲਤਾ ਹੋਵੇ, ਬਟ ਬਾਈ ਨਾ ਵੀਡੀਓ ਬਹੁਤ ਸੋਹਣੇ ਤਰੀਕੇ ਨਾਲ ਬਣਾਉਂਦਾ, ਨਾਈਸ ਕਰਦਾ। ਆਪਣੇ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਨੇ ਯੂਜ਼ ਕਰ ਲਈ, ਉਹ ਬਹੁਤ ਚੱਲ ਗਿਆ। ਜਿਹੜੀ ਆਡੀਅੰਸ ਇੰਟਰਨੈਸ਼ਨਲ ਆਰਟਿਸਟ ਵੀ ਸੁਣਦੀ ਆ ਤੇ ਆਪਣੇ ਪੰਜਾਬੀ ਆਰਟਿਸਟ ਵੀ ਸੁਣਦੀ, ਉਹਨਾਂ ਨੂੰ ਲੱਗਦਾ ਵੀ ਕਿਤੇ ਬਾਹਰਲੇ ਤੋਂ ਕਾਪੀ ਕਰ ਲਿਆ ਆਪਣੇ ਵਾਲੇ। ਸੈਂਪਲ ਪੈਕਸ ਦਾ ਬਹੁਤ ਚੱਕਰ ਪੈਂਦਾ, ਬਹੁਤ ਵੱਡੀ ਵੱਡੀ ਕੰਪਨੀਆਂ ਨੇ ਜਿਹੜੇ ਸੈਂਪਲ ਪੈਕਸ ਵੇਚਦੀਆਂ ਨੇ ਤੇ ਬਹੁਤ 80% ਮਿਊਜ਼ਿਕ ਸੈਂਪਲ ਪੈਕਸ ਤੋਂ ਬਣ ਰਿਹਾ ਇਸ ਟਾਈਮ ਦੁਨੀਆ ਦੇ ਵਿੱਚ। ਕਈ ਵਾਰ ਇਹ ਸਰਕਮਸਟੈਂਸ ਵੀ ਹੁੰਦੇ ਨੇ। ਫਿਰ ਆਉਂਦਾ ਜੇਕੇ ਦਾ ਪੌਂਪ ਪੌਂਪ, ਇੱਕ ਤਰ੍ਹਾਂ ਦਾ ਐ ਹੁੰਦਾ ਵੀ ਮਿਊਜ਼ਿਕ ਪ੍ਰੋਡਿਊਸਰ ਜਿਹੜੇ ਅਲੱਗ ਅਲੱਗ ਭਾਸ਼ਾ 'ਚ ਗਾਣੇ ਸੁਣਦੇ ਆ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਕੁਛ ਆਹ ਐਲੀਮੈਂਟ ਸਾਡੇ ਗਾਣੇ 'ਚ ਵੀ ਹੋਣਾ ਚਾਹੀਦਾ, ਵੀ ਐਵੇਂ ਦੀ ਸਟਾਰਟਿੰਗ ਸਾਡੇ ਗਾਣੇ 'ਚ ਹੋਊਗੀ। ਜਿਵੇਂ ਆਹ ਸੁਣੋ ਪਹਿਲਾਂ। ਕੁਛ ਐਵੇਂ ਫਿੱਟ ਕਰਤਾ ਫਿਰ। ਫਿਰ ਆਉਂਦਾ ਸਿੱਧੂ ਮੂਸੇਵਾਲੇ ਦਾ 47। ਜਿਹੜਾ 47 'ਚ ਇਹ ਸਰੰਗੀ ਦਾ ਇਹ ਸੈਂਪਲ ਆ, ਇਹ ਕਾਫੀ ਪੁਰਾਣਾ ਸੈਂਪਲ ਆ। ਇਹ ਸੈਂਪਲ ਮੈਂ ਇੱਕ ਇੰਟਰਵਿਊ ਲੈਣ ਵਾਲੇ ਚੈਨਲ ਦੀ ਇੰਟਰੋ 'ਚ ਸੁਣਿਆ ਸੀਗਾ। ਇਹ ਸੈਂਪਲ ਸਪਲਾਈਸ ਵਰਗੀਆਂ ਸਾਈਟਾਂ ਤੇ ਵੀ ਅਵੇਲੇਬਲ ਸੀਗਾ। ਉਹ ਸਰੰਗੀ ਨੂੰ ਫਿਰ ਅੱਗੇ ਸੈਂਪਲ ਕਰਕੇ ਸਟੀਲ ਬੈਂਗਲ ਨੇ ਇਹ ਬੀਟ ਬਣਾਤੀ, ਉਹਦੇ ਸਿੱਧੂ ਮੂਸੇਵਾਲੇ ਨੇ ਆਹ ਗਾਣਾ ਗਾਇਆ। ਫਿਰ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ, ਜਿਵੇਂ ਹੁਣ ਇਹ ਗਾਣੇ ਤੋਂ ਬਾਅਦ ਮੈਂ ਵੀ ਸਰੰਗੀ ਵੈਸੇ ਸਰਚ ਕਰਦਾ ਸੀਗਾ ਤੇ ਉਹ ਬਹੁਤ ਇੱਕ ਘੈਂਟ ਸਰੰਗੀ ਪਲੇਅਰ ਲੱਭੇ ਮੈਨੂੰ, ਤਾਂ ਮੈਂ ਉੱਥੇ ਆਪਣੀ ਵੀਡੀਓ ਜੀ ਕੈਮਰਾ ਇਹ ਸੈੱਟ ਕਰਤਾ। ਮੈਂ ਕਿਹਾ ਵੀ ਜੋ ਬਣੂੰਗਾ ਉਹੀ ਪੋਸਟ ਕਰ ਦਾਂਗੇ।
ਕਿਆ ਬਾਤ ਹੈ, ਨਾਈਸ। ਕੋਈ ਟਰੰਪਟ ਵਜਾਉਂਦਾ, ਉਹੀ ਚੀਜ਼ ਨੂੰ ਤੋੜ ਮਰੋੜ ਕੇ ਕੁਛ ਨਵਾਂ ਨਵਾਂ ਕੱਢ ਲੈਂਦੇ ਆ, ਜਿਵੇਂ ਡਿਓਰ ਗਾਣਾ ਇੱਕ ਪੌਪ ਸਮੋਕ ਦਾ ਬਾਹਰਲਾ ਗਾਣਾ, ਉਹ 'ਚ ਬਹੁਤ ਘੈਂਟ ਬੀਟ ਆ। ਉਹਨੂੰ ਪਹਿਲਾਂ ਪ੍ਰੋਡਿਊਸਰ ਨੇ ਕੀ ਕੀਤਾ, ਵਾਇਲਨ ਨੂੰ ਪੁੱਠਾ ਕੀਤਾ ਅਤੇ ਉਹਨੂੰ ਕੱਟ ਕੇ ਕੁਛ ਐਵੇਂ ਬਣਾਤਾ। ਦੇਖੋ थीम सॉन्ग सीगा उहदे एंड च आ ट्यून सी। ਤੇ ਫਿਰ ਇੱਕ ਮਿਊਜ਼ਿਕ ਪ੍ਰੋਡਿਊਸਰ ਸ਼ਾਹ ਓਟੀ ਨੇ ਉਹਨੂੰ ਚੱਕ ਕੇ ਬੀਟ 'ਚ ਕਨਵਰਟ ਕਰਤਾ ਐਵੇਂ ਦੀ। 12 ਬੰਦੇ ਸਿਰਫ ਉਹੀ ਚੀਜ਼ ਤੇ ਵਰਿੰਦਰ ਬਰਾੜ ਨੇ ਗਾਣਾ ਲਿਖਤਾ ਤੇ ਉਹੀ ਆਵਾਜ਼ ਨੂੰ ਫਿਰ ਅੱਗੇ ਸੈਂਪਲ ਕਰ ਏਪੀ ਢਿੱਲੋਂ ਦਾ ਮੋਸਟ ਵਾਂਟਡ ਗਾਣਾ। ਇਹ ਪੁਰਾਣਾ ਗਾਣਾ ਸੀਗਾ ਸਨੂਪ ਡੌਗ ਦਾ ਤੇ ਉਹਦੀ ਸਟਾਰਟਿੰਗ ਐਵੇਂ ਸੀਗੀ। ਫਿਰ ਅੱਗੇ ਆਉਂਦਾ ਰੈਕਸ ਐਂਡ ਰਾਊਂਡਸ ਸਿੱਧੂ ਮੂਸੇਵਾਲੇ ਦਾ, ਜਿਹ 'ਚ ਕਿੱਡ ਨੇ ਬਹੁਤ ਘੈਂਟ ਸੈਂਪਲਿੰਗ ਕੀਤੀ। ਕਿੱਡ ਦੀ ਸੈਂਪਲਿੰਗ ਮੰਨਣ ਵਾਲੀ ਗੱਲ ਆ, ਕਿੱਡ ਖੁਦ ਕਹਿੰਦਾ ਕਿ ਹੀ ਲਵਸ ਟੂ ਸੈਂਪਲ। ਮੇਰੀ ਚੋਂ ਜੋ ਵਧੀ ਤਰੱਕੀ ਨੀ, ਮੇਰਾ ਬੋਲ ਵਧੀ ਗਿਆ। ਪੁਰਾਣੀਆਂ ਐਨਾਲੋਗ ਸਾਊਂਡ ਆਈਆਂ ਹੁੰਦੀਆਂ ਸੀਗੀਆਂ, ਉਹਨਾਂ ਦਾ ਕੋਈ ਅਲੱਗੇ ਟੱਚ ਹੁੰਦਾ ਸੀਗਾ ਸਰੰਗੀਆਂ ਜੀਆਂ ਦਾ। ਉਹਨੂੰ ਚੱਕ ਕੇ ਇੱਕ ਤਰ੍ਹਾਂ ਦਾ ਪਹਿਲਾਂ ਲੂਪ ਬਣਾ ਕੇ ਉਹ 'ਤੇ ਬੀਟ ਬਣਾਤੀ, ਉਹਦੇ ਸਿੱਧੂ ਮੂਸੇਵਾਲੇ ਨੇ ਜਦ ਆਪਣੀ ਵੋਕਲ ਨਾਲ ਗਾਇਆ ਸੋ ਤੈਨੂੰ ਪਤਾ ਹੀ ਆ ਕੀ ਬਣਿਆ। ਫਿਰ ਆਉਂਦਾ ਏ ਪੀ ਢਿੱਲੋਂ ਦਾ ਮਜੈਲ ਗਾਣਾ, ਜਿਹੜਾ ਫੈਟ ਜੋ ਦੇ ਗਾਣੇ ਤੋਂ ਇੱਕ ਤਰ੍ਹਾਂ ਦਾ ਸੈਂਪਲ ਹੋਇਆ ਹੋਇਆ। ਫੁੱਲੀ ਲੋਡਡ ਮਾਝਾ ਬੈਕਗਰਾਉਂਡ ਗਾਣਾ ਸੀਗਾ, ਇਹ ਵੀ ਮਨੀ ਸੰਧੂ ਨੇ ਪ੍ਰੋਡਿਊਸ ਕੀਤਾ ਸੀਗਾ। ਇਹ ਵੀ ਇੱਕ ਪੁਰਾਣਾ ਟੂ ਪਾਕ ਦਾ ਗਾਣਾ ਸੀਗਾ, ਆਲ ਆਈਜ਼ ਔਨ ਮੀ, ਉਹਦੇ ਤੋਂ ਸੈਂਪਲ ਕੀਤਾ। ਜਿਹਨੂੰ ਕਿਹੜਾ ਤੁਹਾਨੂੰ ਲੱਗਿਆ ਵੀ ਸੈਂਪਲ ਵਧੀਆ ਕੀਤਾ ਹੋਇਆ, ਕਿਹੜਾ ਤੁਹਾਨੂੰ ਲੱਗਿਆ ਵੀ ਜਮਾਈ ਕਾਪੀ ਕਰ ਲਿਆ, ਕਮੈਂਟ 'ਚ ਦੱਸ ਦਿਓ। ਚੰਗਾ ਦੱਸ ਦਿਓ, ਚੰਗਾ ਬਾਈ ਉੱਡਦਾ ਹੀ ਗਿਆ, ਨਾਈਸ ਕੰਮ ਕੀਤਾ ਯਾਰ, ਸੀਰੀਅਸਲੀ ਮਤਲਬ ਮੈਨੂੰ ਤਾਂ ਮਜ਼ਾ ਆਇਆ ਕਿ ਹਾਂ ਸੈਂਪਲ ਕੀਤਾ। ਚਲੋ ਕਾਪੀ ਇੱਕ ਡਿਫਰੈਂਟ ਚੀਜ਼ ਹੁੰਦੀ ਹੈ, ਕਾਪੀ ਇਹ ਹੁੰਦਾ ਕਿ ਜਮਾਈ ਚੱਕ ਕੇ ਉਹੀ ਚੀਜ਼ ਰੱਖਤੀ, ਇੱਦਾਂ ਕਿਸੇ ਨੇ ਨਹੀਂ ਕੀਤਾ, ਸਭ ਨੇ ਕੁਛ ਨਾ ਕੁਛ ਆਪਣਾ ਡਿਫਰੈਂਟ ਟੱਚ ਦਿੱਤਾ, ਡਿਫਰੈਂਟ ਵਾਈਬ ਦਿੱਤੀ ਹੈ। ਸੋ ਮਜ਼ੇਦਾਰ ਚੀਜ਼ ਕਰਨਾ, ਕੋਈ ਗੱਲ ਨਹੀਂ, ਰੀਸ ਕਰਨੀ ਮਾੜੀ ਗੱਲ ਹੁੰਦੀ ਹੈ, ਸੋਰੀ ਰੀਸ ਕਰਨਾ ਚੰਗਾ ਹੁੰਦਾ ਸੜਨ ਨਾਲੋਂ। ਸਤਿ ਸ਼੍ਰੀ ਅਕਾਲ।